ਰਾਤ ਦੋ ਵਜੇ ਦੇ ਮੋਬਾਈਲ ਕੋਈ ਜਨਾਬ ਕਿਹੜੀ ਗੇਮ ਤੇ ਖੇਡਦਾ ਹੈ, ਕੋਈ ਕਿਹੜੀ ਬੁਰਾਈ ਅੰਦਰ ਮਸਰੂਫ ਹੈ। ਦੁਨੀਆ ਦੀ ਗੰਦੀ ਤੇ ਗਲੀਲ ਤਰੀਨ ਚੀਜ਼ਾ ਇਸ ਮੋਬਾਈਲ ਅੰਦਰ ਪਾ ਕੇ ਮੁਸਲਮਾਨ ਦੀ ਨਸਲ ਨੂੰ ਬਰਬਾਦ ਕੀਤਾ ਜਾ ਰਿਹਾ ਹੈ। ਖੁਦਾ ਦੀ ਕਸਮ ਫਸਾਦ ਦੀ ਜੜੇ ਇਹ ਮੋਬਾਈਲ ਨੂੰ ਫਸਾਦ ਦੀ ਜੜ ਬਣਾ ਦਿੱਤਾ ਗਿਆ। ਨਮਾਜ਼ ਪੜ੍ਹ ਰਿਹਾ ਹੋ ਵਿੱਚ ਗਾਣਾ ਚੱਲ ਜਾਏਗਾ, ਬੰਦਿਆਂ ਤੇਰੀ ਇਬਾਦਤ ਦਾ ਸਕੂਨ ਕੋਈ ਨਹੀਂ, ਤੇਰੇ ਜ਼ਿਕਰ ਦਾ ਸਕੂਨ ਕੋਈ ਨਹੀਂ ਰਿਹਾ। ਰੱਬ ਕਰੀਮ ਆਖੇ ਦੁਨੀਆ ਨੂੰ ਛੋੜ ਦੇ, ਸਕੂਨ ਮੋਬਾਈਲ ਨਹੀਂ ਹੈ, ਮਾਲ ਦੌਲਤ ਅੰਦਰ ਨਹੀਂ ਹੈ, ਸਕੂਨ ਤੇ ਰੱਬ ਦੀ ਯਾਦ ਅੰਦਰ ਹੈ। ਰੱਬ ਕਰੀਮ ਕੁਰਾਨ ਨੇ ਫਰਮਾਇਆ ਅਲਾ ਬੀ ਜ਼ਿਕਰਿਲਲਾਹ ਤਤਮਾਇਨ ਕੁਲੂਬ। ਅੱਲਾ ਦੀ ਯਾਦ ਅੰਦਰ ਅੱਲਾ ਦਾ ਕੁਰਾਨ ਪੜ੍ਹ ਰਿਹਾ ਸਤਵਾਂ ਸਿਪਾਰਾ ਸੂਰੇ ਅਲ-ਅਨਾਮ ਆਇਤ ਨੰਬਰ 72 ਅੱਲਾ ਨੇ ਐਲਾਨ ਕੀਤਾ ਹੈ ਵਲ ਅਕੀਮ ਸਲਾ ਵਤਕੂ ਵਹੁਵਲਜ਼ੀ ਇਲੈਹਿ ਤੁਹਸ਼ਰੂ। ਮੁਸਲਮਾਨ ਕੁਰਾਨ ਸੁਣ ਕੇ ਗੱਜ ਕੇ ਬੋਲੋ, ਫਰਮਾਇਆ ਨਮਾਜ਼ ਕਾਇਮ ਕਰਦੇ ਸਿਰਫ ਰੱਬ ਕੋ ਡਰਿਆ ਕਰ, ਸਿਰਫ ਕਿਹਦੇ ਕੋਲੋਂ ਡਰਿਆ ਕਰ, ਰੱਬ ਕੋ ਡਰਿਆ ਕਰ। ਰੋਜ਼ੀ ਦਾ ਮਾਲਕ ਰੱਬ ਏ, ਜ਼ਿੰਦਗੀ ਮੌਤ ਦਾ ਮਾਲਕ ਰੱਬ ਏ, ਦੁਨੀਆ ਕੋਲੋਂ ਕਿਉਂ ਡਰਨਾ ਏ, ਬੰਦਿਆਂ ਕੋਲੋਂ ਕਿਉਂ ਡਰਨਾ ਏ। ਆਪਣਾ ਅਕੀਦਾ ਤੇ ਈਮਾਨ ਖਰਾ ਰੱਖ, ਵਤਕੂ ਤੂੰ ਬੰਦਾ ਨਹੀਂ ਤੋ ਰੱਬ ਦਾ ਬੰਦਾ ਹੈ, ਰੱਬ ਦਾ ਖੌਫ ਰੱਖਿਆ ਕਰ। ਵਹੁਵਲਜ਼ੀ ਇਲੈਹਿ ਤੁਹਸ਼ਰੂ। ਇਹਨੂੰ ਕੁਰਾਨ ਸੁਣ ਕੇ ਲਖਵਾਇਆ, ਉੱਚੀ ਆਵਾਜ਼ ਦੇ ਨਾਲ ਬੋਲੋ ਫਰਮਾਇਆ ਬੰਦਿਆ ਨਮਾਜ਼ ਕਰ, ਕੀਤੀ ਕਰ, ਰੱਬ ਦੀ ਬਾਰਗਾਹ ਚ ਆਪਣੇ ਮਾਲ ਨੂੰ ਪਾਕ ਕਰਨ ਵਾਸਤੇ ਜ਼ਕਾਤ ਵੀ ਦਿੱਤਾ ਕਰ। ਵਾਤਸਿਮੂ ਬਿੱਲਾ, ਅੱਲਾ ਦੀ ਰੱਸੀ ਨੂੰ ਪਕੜ ਲੈ, ਦੁਨੀਆ ਦੀਆਂ ਸਹਾਰਿਆਂ ਨੂੰ ਛੋੜ ਦੇ। ਹੁਣ ਫਲਾਣੀ ਹਕੂਮਤ ਮਦਦ ਕਰੇਗੀ ਤੇ ਮੈਂ ਠੀਕ ਹੋ ਜਾਵਾਂਗਾ, ਫਲਾਣੀ ਹਕੂਮਤ ਤਬਦੀਲ ਹੋ ਜਾਏਗੀ ਮੈਂ ਸੁਖੀ ਹੋ ਜਾਵਾਂਗਾ। ਦੁਨੀਆ ਦੀਆਂ ਰੱਸੀਆਂ ਛੋੜ ਦੇ, ਦੁਨੀਆ ਦੇ ਸਹਾਰੇ ਛੋੜ ਦੇ, ਰੱਬ ਕਹਿੰਦਾ ਮੇਰਾ ਹੋ ਜਾ। ਵਾਤਸਿਮੂ ਬਿੱਲਾ, ਮੇਰੀ ਰੱਸੀ ਪਕੜ ਲੈ, ਮੇਰੇ ਰਸਤੇ ਤੇ ਚਲੋ ਕੋ ਮਸੀਹ। ਬੰਦਾ ਮੋਮਿਨ ਕਿਤਨਾ ਅੱਛਾ ਕਾਰਸਾਜ਼ ਤੇਰਾ ਅੱਲਾ ਏ, ਤੇਰੇ ਕੰਮ ਬਣਾਉਣ ਵਾਲਾ ਕਿਤਨਾ ਚੰਗਾ ਤੇ ਅੱਛਾ ਏ ਉਹ ਤੇਰਾ ਅੱਲਾ ਏ, ਕਿਤਨਾ ਅੱਛਾ ਮਦਦਗਾਰ ਏ। ਵਨੀ ਮਨ ਨਸੀਰ, ਦੁਨੀਆ ਦੇ ਮਦਦਗਾਰਾਂ ਨਾਲੋ, ਸਿਆਸਤਦਾਨਾਂ ਨਾਲੋ, ਝੂਠੇ ਲੋਕਾਂ ਦੇ ਨਾਲੋ, ਤੇਰਾ ਹਕੀਕੀ ਮਦਦ ਕਰਨ ਵਾਲਾ ਤੇਰਾ ਪਰਵਰਦਿਗਾਰ ਕਿਤਨਾ ਚੰਗਾ ਮਦਦਗਾਰ ਏ। ਗੱਲ ਪੱਲੇ ਕਰਨਗੇ ਕਿ ਨਹੀਂ ਸਮਝ ਆ ਰਹੀ ਤਕਰੀਰ ਦੀ? ਮੇਰੀ ਮੇਰੀ ਗੱਲ ਸਮਝੋ ਸੰਗਿਓ। ਅੱਲਾ ਬਾਬਰ ਅੱਲਾ ਦੇ ਪੈਗੰਬਰ ਉਹ ਇਬਰਾਹੀਮ ਖਲੀਲੁੱਲਾ ਸਿਪਾਰਾ 13 ਹੈ ਆਇਤ ਨੰਬਰ 40 ਹੈ। ਅੱਲਾ ਕਰੀਮ ਨੇ ਕੁਰਾਨ ਵਿੱਚ ਫਰਮਾਇਆ ਰੱਬ ਜਲਦੀ ਮੁਕੀਮ ਸਲਾ ਵਬੀ
وَقُلْ ذُرِّيَّتِي اللہ دے پیغمبر دعا پہ کر دے نے اللہ رب جعلنی مقیم الصلاۃ اے پیغمبر اے نیا کیا مالدار بڑا میں مینوں مالدار بڑا مینوں ٹھیکیدار بڑا مینوں چوہدری تے فلانا بڑا نا رب جعلنی مقیم الصلاۃ یا اللہ مینوں نماز پڑھن والا بڑا ومن ذریتی نماز پڑھ دے رب جعلنی اے اللہ بنا دے مقیم الصلاۃ مینوں ٹھیکیدار نمبردار دنیا دار وزیر اعظم نانا مقیم الصلاۃ مینوں نمازی بنا دے آج جڑا کوئی مکیو پھیرا رہے نان نال وڈا کر کے لکھ دے حاجی فلانا دکان بنانی ہے مکہ فلانا دکان دا نام ہے مدینہ فلانا تے اندر سارا دو نمبر مال نا مکے دا اے غور کرے نا مدینہ دا حقیقت ہے اے مدینہ فلانا فلانا اے مکہ دا نام فلانا فلانا سکول دا نام مکہ فلانا فلانا فلانی شاید ہے میں مثال دے رہے جیڑی شاید اتنے بڑا سارا مکہ تے مدینہ لکھ رہا تے کرتوت کابرہ والے اے حقیقت گل کر رہے اللہ اللہ نا حاجی لکھانا اگر تو حاجی نا لکھا دل چ دعا کر یا اللہ میں کیا مولا میرا کم سی حج کرنا قبول کرنا تیرا کم ہے اگر تیرا چھوٹا جیا عمل اتھے بیٹھے قبول ہو جاوے رب وڈیا وڈیا بے حج قبول نہیں کرنا ہو سکتا ہے تیرا چھوٹا جیا عمل قبول کر لے اللہ اللہ رب بڑا کریم ہے نام نال حاجی لکھن نال کچھ نہیں بندا دکاناں دے نام مکہ تے مدینہ رکھن نال کچھ نہیں بندا جدوں تک اندر تو اپنے آپ نو اللہ دا تابعدار تے وفادار نہ بن حضرت اسماعیل علیہ السلام رب نے اعلان کیتا 12 نمبر 16 سورہ مریم آیت نمبر 55 فرمایا میرے اسماعیل تینو رب حکم دے رہا ہے یا اللہ میرے پیغمبر اسماعیل